ਪਾਣੀ ਦੇ ਵਿੱਚੋਂ ਲੰਘਦੀ ਹੈ ਟ੍ਰੇਨ ਖੁਦ ਸਾਬਿਤ ਕਰ ਰਹੀ ਹੈ ਕਿ ਇੱਥੇ ਕਿੰਨੀ ਭਿਆਨਕ ਬਰਸਾਤ ਹੋਈ ਹੋਵੇਗੀ ਕਿ ਲਾਈਨਾਂ ਵੀ ਜੋ ਨੇ ਉਹ ਪਾਣੀ ਦੇ ਵਿੱਚ ਡੁੱਬੀਆਂ ਹੋਈਆਂ ਨੇ। ਆਲਮ ਇਹ ਰਿਹਾ ਕਿ ਇੱਥੋਂ ਇੱਕ ਟ੍ਰੇਨ ਨੂੰ ਇਸ ਪਾਣੀ ਦੇ ਵਿੱਚੋਂ ਹੀ ਕੱਢਣਾ ਪਿਆ। ਹਾਲਾਂਕਿ ਸਟੇਸ਼ਨ ਮਾਸਟਰ ਦੇ ਵੱਲੋਂ ਦਾਅਵਾ ਕੀਤਾ ਗਿਆ ਕਿ ਜਦੋਂ ਨਿਰੀਖਣ ਕੀਤਾ ਗਿਆ ਲਾਈਨਾਂ ਸਹੀ ਪਾਈਆਂ ਗਈਆਂ ਅਤੇ ਫਿਰ ਹੀ ਉਸ ਤੋਂ ਬਾਅਦ ਇਸ ਟ੍ਰੇਨ ਨੂੰ ਰਵਾਨਾ ਕੀਤਾ ਗਿਆ। ਤਾਂ ਦੱਸ ਦਈਏ ਕਿ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਕਾਫੀ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ, ਜਿਸ ਦੇ ਵਿੱਚ ਸਾਫ ਦੇਖਿਆ ਜਾ ਸਕਦਾ ਹੈ ਕਿ ਇੱਕ ਸਟੇਸ਼ਨ ਦੇ ਉੱਤੋਂ ਮਾਲ ਗੱਡੀ ਨੂੰ ਕੱਢਿਆ ਗਿਆ ਅਤੇ ਇਸ ਦੌਰਾਨ ਪਾਣੀ ਭਰਿਆ ਹੋਇਆ ਕਾਫੀ ਨਜ਼ਰ ਆ ਰਿਹਾ। ਦਰਅਸਲ ਇਹ ਰਾਜਸਥਾਨ ਦੇ ਇੱਕ ਸਟੇਸ਼ਨ ਦੀ ਵੀਡੀਓ ਦੱਸੀ ਜਾ ਰਹੀ ਹੈ ਜਿੱਥੇ ਕਿ ਬੀਤੇ ਦਿਨਾਂ ਕਾਫੀ ਜ਼ਿਆਦਾ ਬਰਸਾਤ ਹੋਈ ਅਤੇ ਕਈ ਗੱਡੀਆਂ ਨੂੰ ਇਸ ਪਾਣੀ ਦੇ ਵਿੱਚੋਂ ਹੀ ਕੱਢਿਆ ਗਿਆ। ਹਾਲਾਂਕਿ ਦਾਅਵਾ ਕੀਤਾ ਗਿਆ ਕਿ ਜੋ ਇਹ ਲਾਈਨਾਂ ਸੀ ਪਹਿਲਾਂ ਇਸ ਦਾ ਨਿਰੀਖਣ ਕੀਤਾ ਗਿਆ ਅਤੇ ਫਿਰ ਹੀ ਟ੍ਰੇਨ ਨੂੰ ਅੱਗੇ ਕ੍ਰੋਸ ਕੀਤਾ ਗਿਆ। ਤਾਂ ਵੱਡੀ ਖਬਰ ਤੁਹਾਨੂੰ ਦੱਸ ਰਹੇ ਹਾਂ, ਰਾਜਸਥਾਨ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਕਿ ਇੱਕ ਟ੍ਰੇਨ ਨੂੰ ਪਾਣੀ ਦੇ ਵਿੱਚੋਂ ਹੀ ਲੰਘਾ ਦਿੱਤਾ ਗਿਆ। ਜਦਕਿ ਦੂਜੇ ਪਾਸੇ ਜੇਕਰ ਗੱਲ ਕੀਤੀ ਜਾਵੇ ਤਾਂ ਲਗਾਤਾਰ ਰੇਲ ਹਾਦਸੇ ਵਾਪਰ ਰਹੇ ਨੇ। ਅਜਿਹੇ ਦੇ ਵਿੱਚ ਇੱਕ ਵਾਰ ਫਿਰ ਤੋਂ ਕਿਹਾ ਜਾ ਸਕਦਾ ਹੈ ਕਿ ਲੋਕਾਂ ਦੀ ਜਾਨ ਜੋਖਮ ਦੇ ਵਿੱਚ ਪੈ ਸਕਦੀ ਸੀ ਕਿਉਂਕਿ ਇੱਕ ਮਾਲ ਗੱਡੀ ਨੂੰ ਇੱਥੋਂ ਰਵਾਨਾ ਕੀਤਾ ਗਿਆ। ਇਸ ਤੋਂ ਇਲਾਵਾ ਹੁਣ ਇਹ ਵੀਡੀਓ ਸੋਸ਼ਲ ਮੀਡੀਆ ਦੇ ਉੱਤੇ ਵੀ ਕਾਫੀ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਪਾਣੀ ਦੇ ਵਿੱਚੋਂ ਲੰਘਦੀ ਹੈ ਟ੍ਰੇਨ ਖੁਦ ਸਾਬਿਤ ਕਰ ਰਹੀ ਹੈ ਕਿ ਇੱਥੇ ਕਿੰਨੀ ਭਿਆਨਕ ਬਰਸਾਤ ਹੋਈ ਹੋਵੇਗੀ ਕਿ ਲਾਈਨਾਂ ਵੀ ਜੋ ਨੇ ਉਹ ਪਾਣੀ ਦੇ ਵਿੱਚ ਡੁੱਬੀਆਂ ਹੋਈਆਂ ਨੇ। ਆਲਮ ਇਹ ਰਿਹਾ ਕਿ ਇੱਥੋਂ ਇੱਕ ਟ੍ਰੇਨ ਨੂੰ ਇਸ ਪਾਣੀ ਦੇ ਵਿੱਚੋਂ ਹੀ ਕੱਢਣਾ ਪਿਆ। ਹਾਲਾਂਕਿ ਸਟੇਸ਼ਨ ਮਾਸਟਰ ਦੇ ਵੱਲੋਂ ਦਾਅਵਾ ਕੀਤਾ ਗਿਆ ਕਿ ਜਦੋਂ ਨਿਰੀਖਣ ਕੀਤਾ ਗਿਆ ਲਾਈਨਾਂ ਸਹੀ ਪਾਈਆਂ ਗਈਆਂ ਅਤੇ ਫਿਰ ਹੀ ਉਸ ਤੋਂ ਬਾਅਦ ਇਸ ਟ੍ਰੇਨ ਨੂੰ ਰਵਾਨਾ ਕੀਤਾ ਗਿਆ। ਤਾਂ ਦੱਸ ਦਈਏ ਕਿ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਕਾਫੀ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ, ਜਿਸ ਦੇ ਵਿੱਚ ਸਾਫ ਦੇਖਿਆ ਜਾ ਸਕਦਾ ਹੈ ਕਿ ਇੱਕ ਸਟੇਸ਼ਨ ਦੇ ਉੱਤੋਂ ਮਾਲ ਗੱਡੀ ਨੂੰ ਕੱਢਿਆ ਗਿਆ ਅਤੇ ਇਸ ਦੌਰਾਨ ਪਾਣੀ ਭਰਿਆ ਹੋਇਆ ਕਾਫੀ ਨਜ਼ਰ ਆ ਰਿਹਾ। ਦਰਅਸਲ ਇਹ ਰਾਜਸਥਾਨ ਦੇ ਇੱਕ ਸਟੇਸ਼ਨ ਦੀ ਵੀਡੀਓ ਦੱਸੀ ਜਾ ਰਹੀ ਹੈ ਜਿੱਥੇ ਕਿ ਬੀਤੇ ਦਿਨਾਂ ਕਾਫੀ ਜ਼ਿਆਦਾ ਬਰਸਾਤ ਹੋਈ ਅਤੇ ਕਈ ਗੱਡੀਆਂ ਨੂੰ ਇਸ ਪਾਣੀ ਦੇ ਵਿੱਚੋਂ ਹੀ ਕੱਢਿਆ ਗਿਆ। ਹਾਲਾਂਕਿ ਦਾਅਵਾ ਕੀਤਾ ਗਿਆ ਕਿ ਜੋ ਇਹ ਲਾਈਨਾਂ ਸੀ ਪਹਿਲਾਂ ਇਸ ਦਾ ਨਿਰੀਖਣ ਕੀਤਾ ਗਿਆ ਅਤੇ ਫਿਰ ਹੀ ਟ੍ਰੇਨ ਨੂੰ ਅੱਗੇ ਕ੍ਰੋਸ ਕੀਤਾ ਗਿਆ। ਤਾਂ ਵੱਡੀ ਖਬਰ ਤੁਹਾਨੂੰ ਦੱਸ ਰਹੇ ਹਾਂ, ਰਾਜਸਥਾਨ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਕਿ ਇੱਕ ਟ੍ਰੇਨ ਨੂੰ ਪਾਣੀ ਦੇ ਵਿੱਚੋਂ ਹੀ ਲੰਘਾ ਦਿੱਤਾ ਗਿਆ। ਜਦਕਿ ਦੂਜੇ ਪਾਸੇ ਜੇਕਰ ਗੱਲ ਕੀਤੀ ਜਾਵੇ ਤਾਂ ਲਗਾਤਾਰ ਰੇਲ ਹਾਦਸੇ ਵਾਪਰ ਰਹੇ ਨੇ। ਅਜਿਹੇ ਦੇ ਵਿੱਚ ਇੱਕ ਵਾਰ ਫਿਰ ਤੋਂ ਕਿਹਾ ਜਾ ਸਕਦਾ ਹੈ ਕਿ ਲੋਕਾਂ ਦੀ ਜਾਨ ਜੋਖਮ ਦੇ ਵਿੱਚ ਪੈ ਸਕਦੀ ਸੀ ਕਿਉਂਕਿ ਇੱਕ ਮਾਲ ਗੱਡੀ ਨੂੰ ਇੱਥੋਂ ਰਵਾਨਾ ਕੀਤਾ ਗਿਆ। ਇਸ ਤੋਂ ਇਲਾਵਾ ਹੁਣ ਇਹ ਵੀਡੀਓ ਸੋਸ਼ਲ ਮੀਡੀਆ ਦੇ ਉੱਤੇ ਵੀ ਕਾਫੀ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ।